ਸਰਦਾਰ ਅਵਤਾਰ ਸਿੰਘ ਅਵਤਾਰ ਹਾਂਜੀ ਸਰਦਾਰ ਅਵਤਾਰ ਸਿੰਘ ਜਿਹੜੇ ਆਪਣੀ ਜ਼ਿੰਦਗੀ ਨਾ ਜਸਮੇਰ ਨੂੰ ਪੁੱਛ ਲਓ ਹਾਂ ਠੀਕ ਹੈ ਠੀਕ ਹੈ ਨਾ ਬਹੁਤ ਵਧੀਆ ਆਪਣੀ ਵਿਅਕਤੀਗਤ ਲਾਈਫ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਸੀ ਟਰਾਂਸਪੋਰਟ ਦਾ ਕੰਮ ਕਰਦੇ ਸੀ ਬੜੀ ਦੂਰ ਦੂਰ ਤੱਕ ਗੱਡੀਆਂ ਚਲਾਉਂਦੇ ਸੀ ਪਰ ਸਮਾਂ ਜਿਵੇਂ ਜਿਵੇਂ ਆਪਣੀ ਚਾਲ ਚੱਲਦਾ ਗਿਆ ਕੁਛ ਐਸੇ ਹਾਲਾਤ ਬਣ ਗਏ ਕਿ ਮਾਂ ਬਾਪ ਸਿਰ ਤੋਂ ਚਲੇ ਗਏ ਅਤੇ ਭੈਣਾਂ ਦੋਨੋਂ ਵਿਆਹੀਆਂ ਗਈਆਂ ਅਤੇ ਇਸ ਵੇਲੇ ਉਸ ਘਰ ਦੇ ਵਿੱਚ ਹੁਣ ਕੋਈ ਵੀ ਦੋ ਭਰਾਵਾਂ ਦੀ ਡੈਥ ਹੋ ਗਈ ਅਤੇ ਇਸ ਵੇਲੇ ਉੱਥੇ ਹੁਣ ਪਿੰਡ ਕਰਤਾਰਪੁਰ ਦੇ ਵਿੱਚ ਇਕੱਲੇ ਰਹਿ ਰਹੇ ਹੈ ਅਤੇ ਕਈ ਕਈ ਦਿਨ ਕਈ ਵਾਰ ਇਕੱਲਿਆਂ ਨੂੰ ਹੀ ਕੋਈ ਤਰਸ ਆਉਂਦਾ ਰੋਟੀ ਦੇ ਜਾਂਦਾ ਅਤੇ ਭੈਣ ਜਿਹੜੀ ਹੈਗੀ ਹੈ ਉਹ ਆਪਣੇ ਸਹੁਰੇ ਪਰਿਵਾਰ ਦੇ ਵਿੱਚੋਂ ਜਾਂਦੀ ਹੈ ਅਤੇ ਤੁਸੀਂ ਫਿਰ ਇਹਨਾਂ ਨੂੰ ਨਲਾ ਕੇ ਆਉਂਦੇ ਹੋ ਅਤੇ ਕਾਫ਼ੀ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਸ ਤਰੀਕੇ ਨਾਲ ਸਭ ਕੁਛ ਵਿੱਚ ਕਈ ਵਾਰ ਪਾਸ ਵੀ ਕਰ ਦਿੰਦੇ ਵਿੱਚ ਇਸ ਤਰ੍ਹਾਂ ਦੇ ਤਰਸਯੋਗ ਹਾਲਾਤਾਂ ਦੇ ਵਿੱਚ ਅੱਜ ਅਵਤਾਰ ਸਿੰਘ ਆਪਣੀ ਜ਼ਿੰਦਗੀ ਦੇ ਦਿਨ ਕੱਟ ਰਿਹਾ ਹੈ ਲੋੜ ਹੈ ਤੁਰੰਤ ਇਹਨਾਂ ਨੂੰ ਲਗਾਤਾਰ ਮੈਡੀਕਲ ਟ੍ਰੀਟਮੈਂਟ ਦੀ ਮੈਂਟਲ ਹੈਲਥ ਜਿਹੜੀ ਹੈਗੀ ਹੈ ਇੰਪਰੂਵ ਹੋ ਸਕਦੀ ਹੈ ਕਿਉਂਕਿ ਕੁਛ ਦੇਰ ਪਹਿਲਾਂ ਹੀ ਇਸ ਤਰ੍ਹਾਂ ਕੋਈ ਸਦਮਾ ਲੱਗਿਆ ਜਿਸ ਕਰਕੇ ਇਹੋ ਜਿਹੇ ਹਾਲਾਤਾਂ ਵਿੱਚ ਪਹੁੰਚ ਗਏ ਇਹੋ ਜਿਹੀਆਂ ਕਿੰਨੀਆਂ ਭੈਣਾਂ ਹੈਗੀਆਂ ਜਿਹੜੀਆਂ ਕਿ ਜਿਨ੍ਹਾਂ ਦੇ ਅੱਗੇ ਇੱਕ ਸਵਾਲ ਖੜ੍ਹਾ ਹੈਗਾ ਕਿ ਮਾਂ ਬਾਪ ਸਿਰ 'ਤੇ ਨਹੀਂ ਰਹੇ ਅਤੇ ਭਰਾ ਇਸ ਵੇਲੇ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ ਅਤੇ ਆਪਣੇ ਪੇਕੇ ਘਰ ਦੇ ਵਿੱਚ ਨਾ ਤਾਂ ਇਹਨਾਂ ਨੂੰ ਭੁੱਲਿਆ ਜਾਂਦਾ ਠੰਡੀਆਂ ਹਵਾਵਾਂ ਚਾਹੁੰਦੀਆਂ ਅਤੇ ਨਾ ਹੀ ਸਹੁਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਛੱਡਿਆ ਜਾਂਦਾ ਅਤੇ ਬੜੀ ਕਹਿ ਲਓ ਸਟਰੈਸ ਔਰ ਚਿੰਤਾ ਹਮੇਸ਼ਾ ਹੀ ਸਤਾਉਂਦੀ ਰਹਿੰਦੀ ਹੈ ਇਹਨਾਂ ਨੇ ਚਲੋ ਐਸ ਡੀ ਐਮ ਸਾਹਿਬ ਕੋਲ ਪਹੁੰਚ ਕੀਤੀ ਅਤੇ ਐਸ ਡੀ ਐਮ ਸਾਹਿਬ ਖਰੜ ਵੱਲੋਂ ਫਿਰ ਇਹਨਾਂ ਨੂੰ ਪ੍ਰਭ ਆਸਰਾ ਸੰਸਥਾ ਦੇ ਵਿੱਚ ਇਲਾਜ ਲਈ ਸੰਭਾਲ ਲਈ ਭੇਜਿਆ ਗਿਆ ਅਤੇ ਸਿਸਟਰ ਆਸ ਰੱਖਦੀ ਹੈ ਕਿ ਅਸੀਂ ਵੀ ਸਾਰੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਲਾਜ ਨਾਲ ਸੰਭਾਲ ਨਾਲ ਪਰਮਾਤਮਾ ਦੀ ਕਿਰਪਾ ਨਾਲ ਜਲਦੀ ਜਲਦੀ ਠੀਕ ਹੋ ਕੇ ਦੁਬਾਰੇ ਫਿਰ ਆਪਣੇ ਪੈਰਾਂ 'ਤੇ ਖੜ੍ਹਾ ਹੋਵੇ ਅਤੇ ਬਲਕਿ ਭੈਣ ਨੂੰ ਦੁੱਖ ਸੁੱਖ ਦੇ ਵਿੱਚ ਕਿਤੇ ਵੀ ਲੋੜ ਹੋਵੇ ਸਹਾਈ ਹੋਵੇ ਬਹੁਤ ਸਾਰੇ ਐਸੇ ਕੇਸ ਹੈ ਮੈਂ ਦੁਬਾਰੇ ਫਿਰ ਰਿਪੀਟ ਕਰਾਂ ਇਹਨਾਂ ਦੀ ਗਿਣਤੀ ਪੰਜਾਬ ਦੇ ਵਿੱਚ ਨੈਸ਼ਨਲ ਇੰਸਟੀਚਿਊਟ ਫੋਰ ਮੈਂਟਲ ਹੈਲਥ ਨਿਊਰੋਸਾਇੰਸ ਮੰਗਲੌਰ ਦੇ ਸਰਵੇ ਦੇ ਮੁਤਾਬਕ ਬਹੁਤ ਵੱਡੀ ਗਿਣਤੀ ਹੈ ਲੱਖਾਂ ਦੇ ਵਿੱਚ ਹੈਗੀ ਹੈ ਅਤੇ ਜਿਨ੍ਹਾਂ ਨੂੰ ਤੁਰੰਤ ਹੋਸਪਿਟਲਾਈਜ਼ ਕਰਨ ਦੀ ਲੋੜ ਹੈਗੀ ਹੈ ਉਹਨਾਂ ਦੀ ਗਿਣਤੀ ਵੀ 1 ਲੱਖ ਤੋਂ ਉੱਪਰ ਹੈ ਲਗਭਗ 1.5 ਲੱਖ ਹੈ ਜਿਹੜੇ ਕਿ ਹਾਈ ਸੁਸਾਈਡਲ ਰਿਸਕ 'ਤੇ ਹੈਗੇ ਆ ਇਸ ਕਰਕੇ ਆਪਣੀ ਸਾਰਿਆਂ ਦੀ ਬੜੀ ਡਿਊਟੀ ਬਣਦੀ ਹੈ ਅਤੇ ਸਰਕਾਰਾਂ ਨੂੰ ਅਜਿਹੇ ਮੈਂਟਲ ਹੈਲਥ ਤੋਂ ਜੋ ਪੀੜਿਤ ਹੋ ਜਾਂਦੇ ਨਾਗਰਿਕ ਉਹਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਇਸ ਐਕਟ ਨੂੰ ਇੰਪਲੀਮੈਂਟ ਕਰਨ ਦੇ ਲਈ ਲੋੜੀਂਦਾ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਚਾਹੀਦਾ ਹੈ ਲੋੜੀਂਦਾ ਬਜਟ ਬਣਾਉਣਾ ਚਾਹੀਦਾ ਹੈ ਅਤੇ ਨਾਲ ਦੀ ਨਾਲ ਸੰਬੰਧਿਤ ਮਹਿਕਮੇ ਜਿਹੜੇ ਹੈਗੇ ਹੈ ਉਹਨਾਂ ਨੂੰ ਸੈਂਸੀਟਾਈਜ਼ ਕਰਨਾ ਚਾਹੀਦਾ ਹੈ ਅਵੇਅਰ ਕਰਨਾ ਚਾਹੀਦਾ ਹੈ ਤਾਂ ਜੋ ਨਾਗਰਿਕ ਦੀ ਸਮੇਂ ਸਿਰ ਸੰਭਾਲ ਹੋ ਸਕੇ ਅਤੇ ਦੁਬਾਰੇ ਠੀਕ ਹੋਣ ਦਾ ਉਹਨੂੰ ਮੌਕਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ